ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਵੀ ਗੁਰੀਵੀਰ ਜੀ ਹੁਣਾਂ ਨੇ ਕੈਂਪ ਲਵਾਇਆ ਸੀਗਾ ਖੂਨਦਾਨ ਕੈਂਪ ਤੇ ਐਤਕੀ ਚੌਥਾ ਖੂਨਦਾਨ ਕੈਂਪ ਆ ਪਿਛਲੀ ਵਾਰ ਮੈਂ ਤੇ ਮਾਸੀ ਜੀ ਗਏ ਸੀ ਇਸ ਵਾਰ ਮੈਂ ਤੇ ਮਾਸੀ ਜੀ ਜਾ ਰਹੇ ਹਾਂ ਬਾਈਕ ਤੇ ਬੁਲਟ ਤੇ ਵੈਸੇ ਬਾਈਕ ਤੇ ਤੇ ਅਸੀਂ ਚੱਲੇ ਆਏਗੇ ਤੇ ਵੈਸੇ ਖੂਨਦਾਨ ਕੈਂਪ ਮਤਲਬ ਵੀ ਖੂਨਦਾਨ ਮਹਾਂਦਾਨ ਜਿਵੇਂ ਕਿਹਾ ਜਾਂਦਾ ਕਿ ਖੂਨਦਾਨ ਕੈਂਪ ਵਧੀਆ ਹੋਵੇਗਾ ਕਿ ਇਨੀਸ਼ੀਏਟਿਵ ਆ ਕਿਸੇ ਦੀ ਉਹਦੇ ਨਾਲ ਜਾਨ ਬਚਦੀ ਹੈਗੀ ਤੇ ਆਪਾਂ ਕਿਸੇ ਦੇ ਕੰਮ ਆਉਣੇ ਹੈਗੇ ਨਾਲੇ ਜੇ ਕਿਸੇ ਦੇ ਜ਼ਿਆਦਾ ਬਲੱਡ ਹੁੰਦਾ ਗਾ ਉਹਦਾ ਵੀ ਖੂਨ ਦਾ ਸਰਕਲ ਠੀਕ ਹੋ ਜਾਂਦਾ ਹਾਰਟ ਅਟੈਕ ਦੀ ਬਿਮਾਰੀ ਵੀ ਘੱਟ ਜਾਂਦੀ ਹੈਗੀ ਤੇ ਚਲੋ ਹੁਣ ਆਪਾਂ ਚੱਲਦੇ ਹਾਂਗੇ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਤੇ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਵੀ ਕੋਈ ਇਹਨਾਂ ਇਹ ਚੀਜ਼ ਤੋਂ ਸਿੱਖ ਕੇ ਕੋਈ ਹੋਰ ਵੀ ਇਹੋ ਜਿਹਾ ਇਨੀਸ਼ੀਏਟਿਵ ਲਏ ਤੇ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਕੋਈ ਸਹਾਈ ਹੋਵੇ पिंड चतैरा दा इधर ऐतकी कैंप लग्या होया खूनदान कैंप डॉक्टर साहबाना दी टीम पहला इत रजिस्टर करा के ना तुसी अपना जिहड़ा ब्लड डोनेट करन दे लई उह बॉटल आ उह लै सकदे हो किसी भी उम्र का कोई भी इंसान ब्लड डोनेट कर सकता पहला टेस्ट होंदा गा ते नौजवान वीर ते बापू जी का भी बहुत तकड़ा हौसला कि ब्लड डोनेट कर रहे हैं साडा पिंड चतैरा जी सो असी सारे नौजवान इकट्ठे होके खूनदान कैंप लवाने जो कि आपू लवाना चाहता कि अपना पिंड नशे पत्ते तो बचा रहे चलो बहुत वधिया योगदान पाते हैं साडे पिंड के भी सारे सहयोग देंगे ने गे भी खूनदान कैंप के सानू वधिया लगता है काम करना ता करके असी सारे इकट्ठे हो गए नौजवान पिंड हर साल खूनदान कैंप लवाने साल साडा चौथा खूनदान कैंप है ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਡੀ ਫਿੱਲ ਕੀਤੀ ਜਾਂਦੀ ਆ ਤੁਹਾਨੂੰ ਪੁੱਛਿਆ ਜਾਂਦਾ ਕੋਈ ਤੁਹਾਡੀ ਮੈਡੀਸਨ ਵਗੈਰਾ ਤਾਂ ਨਹੀਂ ਚੱਲਦੀ ਜਾਂ ਕੋਈ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਹਲਕੇ ਦੇ ਐਮ ਐਲ ਏ खूनदान कैंप के शमूलीयत करने पहुंचे आ पहला वीर जी कहते मैं लास्ट से डोनेट करना ਹੁਣ ਕਿੱਦਾਂ ਪਲਾਨ ਚੇਂਜ ਹੋ ਗਿਆ ਮੈਂ ਮੈਨੇ ਕਰ ਕੀ ਕਰਦਾ ਓ ਨੰਬਰ ਬਣਾਉਣੇ ਸੀ ਸੌਰੀ ਭਾਈ ਤੇ ਗੁਰੀਵੀਰ ਜੀ ਦਾ ਫਰੈਂਡ ਸਰਕਲ ਪਹੁੰਚਿਆ ਹੈਗਾ ਕਾਫੀ ਵੀਰ ਜਿਹੜੇ ਪਹੁੰਚੇ ਹੈਗੇ ਅੱਗੇ ਆ ਲੋ ਭਾਈ ਵਾਹ ਕਢਾ ਲਾ ਹਾਂ ਹੋਰ ਕੀ ਹੋ ਗਿਆ ਕਿੰਨੇ ਚਿਰ ਦਾ ਖੂਨ ਪੀਦਾ ਮਾਸਟਰ ਜੀ ਨੂੰ ਮੋਟੀ ਇਹ ਕਿਹਦਾ ਹੈ ਸਾਹਿਬ ਦਾ ਖੂਨ ਪੀ ਰਿਹਾ ਸਰਕਾਰ इस बार दे अपने टीम मेंबर्स नो मिलो पहले दसता तो एक मिनट कट 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 ਤੇ ਆਪਾਂ ਵੀਰ ਜੀ ਨੂੰ ਪੁੱਛਦੇ ਆਂ ਕਿ ਗੁਰੀਵੀਰ ਜੀ ਹਰ ਸਾਲ ਕੈਂਪ ਲਵਾ ਰਹੇ ਆ ਵੀ ਪਿਛਲੀ ਵਾਰ ਕਿੰਨੇ ਜਾਣੇ ਨੇ ਡੋਨੇਟ ਕੀਤਾ ਸੀਗਾ ਪਿਛਲੀ ਵਾਰ ਵੀ ਹੋ ਗਏ 70 80 ਉਲਟਾ ਹੋ ਗਏ ਸੀ ਪਿਛਲੀ ਵਾਰ ਵੀ ਇਸ ਵਾਰ ਵੀ ਇੰਨੀਆਂ 70 80 ਉਲਟਾ ਕਰਾਂਗੇ ਹੈਗੀ ਆ ਉਮੀਦ ਹਾਂਜੀ ਹਲੇ ਤੱਕ ਤਾਂ 30 35 ਹੋਇਆ ਸ਼ਾਇਦ ਨਾ ਹੋ ਜਾਣਗੇ 70 80 ਹਲੇ ਆ ਕੇ ਕਿੰਨੇ ਵਜੇ ਤੱਕ ਚੱਲੂਗਾ ਇਹ 1:30 2 ਵਜੇ ਤੱਕ ਚੱਲੂਗਾ ਹਲੋ
वैसे छोटा ही पिंड है, ज्यादा वड्डा नहीं है, फिर भी उस हिसाब न काफी जाने ब्लड डोनेट कर दिया, फिर फोटो का सिलसिला नाल नाल जारी आएगा। वीर जी कितनी बार डोनेट कर रहे हो? चौथी पांचवी बार इत्थे कीता, इतों पहला भी दो तीन बार, इत्थे दा चौथा साल लगातार कर रहे हां। हाँ जी ठीक है, तुसी भी करना मास्टर जी? आपे कितनी बार? अनगिनत कोई गिनती नहीं। ठीक है जी, रजिस्ट्रेशन किन्ना नंबर चल रहा? मैडम दो बोतल जरूर कढ़ो, 35 साल हो गए लोगों का खून पींदे रहे उन्होंने। माड़ा मोटा घटू तो कौड़म कौड़म खून दान कर रहे ने। ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਵੀ ਤੁਸੀਂ ਕਿੰਨੀ ਵਾਰ ਬਲੱਡ ਡੋਨੇਟ ਕੀਤਾ ਤੇ ਤੁਹਾਨੂੰ ਕੋਈ ਕਦੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੈਗੀ ਵੀ ਬਲੱਡ ਡੋਨੇਟ ਕਰਨ ਦੇ ਨਾਲ? ਮੈਂ 5ਵੀਂ ਵਾਰ ਕਰਿਆ ਜੀ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਵੈਸੇ ਲੋਕ ਡਰੀ ਜਾਂਦੇ ਨੇ ਵੀ ਆਹ ਪ੍ਰੋਬਲਮ ਹੁੰਦੀ ਆ, ਪਰ ਕੁਛ ਨਹੀਂ ਹੁੰਦਾ ਹੈਗਾ। ਇਹ ਤਾਂ ਮਨ ਦੇ ਅੰਦਰ ਡਰ ਹੁੰਦਾ ਜਿਹੜਾ ਉਹ ਨਿਕਲ ਜਾਂਦਾ। ਇੱਕ ਅੱਧੀ ਵਾਰ ਕਢਾਉਣਾ ਜ਼ਰੂਰ ਕਢਾਉਣਾ ਤਾਂ ਮਤਲਬ ਜ਼ਰੂਰੀ ਚਾਹੀਦਾ ਹਰੇਕ ਨੂੰ, ਚਲੋ ਬਾਕੀ ਆਪਣੇ ਮਨ ਦੀ ਉਹ। ਪਰ ਮੈਂ ਤਾਂ 5ਵੀਂ ਵਾਰ ਕਢਾ ਰਿਹਾ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਅੱਜ ਤੱਕ। ਇੱਧਰ ਲੰਗਰ ਤਿਆਰ ਹੋ ਰਿਹਾ, ਸੰਗਤਾਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਬੀਬੀਆਂ। ਤੇ ਹੁਣ ਆਪਾਂ ਜੀ ਘਰ ਨੂੰ ਚੱਲਦੇ ਹਾਂਗੇ। ਕਹਿਣਾ ਚਾਹ ਰਹੇ ਸੀ ਕੁਛ? ਕਹੋ ਹੁਣ ਮਾਸੀ ਜੀ, ਤੁਸੀਂ ਗੁਰਦੁਆਰਾ ਸਾਹਿਬ ਸੇਵਾ ਕਰਕੇ ਆਏ ਆ, ਕੀ ਮੈਂ ਵਧੀਆ ਹੋ ਗਏ? ਬਹੁਤ ਵਧੀਆ ਲੱਗਿਆ। ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ? ਹੱਸਦੇ ਰਹਿਣ ਨਾਲ ਚਿਹਰੇ ਤੇ ਗਲੋ ਰਹਿੰਦਾ ਹੈ ਨਾ ਵੀਰ ਜੀ? ਬਾਕੀ ਤੁਸੀਂ ਇੱਧਰ ਮੇਰੀ ਨੰਦ ਸਾਹਿਬਾ ਨੂੰ ਦੇਖ ਸਕਦੇ ਹੋ। ਕੈਂਪ ਦਾ ਸਾਡੇ ਨਿਬੜ ਗਿਆ ਕੰਮ, ਹੁਣ ਕੈਂਪ ਦਾ ਹੁਣ ਅਸੀਂ ਵਿਹਲੇ ਆ। ਪਿਛਲੀ ਵਾਰ ਅਸੀਂ 1600 ਦੀ ਲੀਡ ਤੇ ਜਿੱਤੇ ਸੀ ਸਰਪੰਚ। ਹਾਂਜੀ ਹਾਂ, ਇਸ ਵਾਰ ਘੱਟੋ ਘੱਟ 2000 ਵੋਟਾਂ ਦੀ ਲੀਡ ਨੇ ਜਿੱਤਣਾ। ਅੱਛਾ ਜੀ, ਰਾਜਨੀਤਿਕ ਮੁੱਦਾ ਚੱਲ ਪਿਆ, ਕਿਉਂਕਿ ਰਾਜਨੀਤਿਕ ਬੰਦਿਆਂ ਨਾਲ ਗੱਲ ਕਰਨ ਲੱਗੋ ਤਾਂ ਓਦਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ। ਵੀਰ ਜੀ ਕੋਈ ਸਿਆਣੀ ਜੀ ਗੱਲ ਸੁਣਾਓ, ਕੈਂਪ ਤੇ ਆ ਕੇ ਕਿਵੇਂ ਲੱਗਿਆ? ਸਾਨੂੰ ਕੈਂਪ ਤੇ ਆ ਕੇ ਜਮਾ ਵੀ ਕੁਛ ਲੱਗਿਆ ਹੀ ਨਹੀਂ ਆ। ਤੁਸੀਂ ਸਾਨੂੰ ਬੁਲਾਇਆ ਸੀਗਾ ਨਾ, ਅਸੀਂ ਤਾਂ ਕਰਕੇ ਬਾਈਕ ਤੇ ਆਏ ਆਗੇ ਇੰਨੀ ਠੰਡ ਦੇ ਵਿਚ, ਇੰਨੀ ਮਿਹਨਤ ਕਰਕੇ। ਸਾਡਾ ਵੀ ਧੰਨਵਾਦ ਕਰਨਾ ਸੀ ਤੁਸੀਂ, ਜਿਹੜਾ ਕਿ ਕੀਤਾ ਨੀ ਹੈਗਾ ਇੰਡੀਅਨ ਮੋਮ ਕੁਕਿੰਗ ਦਾ। ਮਾਸੀ ਜੀ ਦਾ ਧੰਨਵਾਦ, ਮਜ਼ਾਕ
नहीं वैसे हस मजाक का अपनी था वधिया सीगा कैंप वाला काम होना चाहिदा गा ब्लड डोनेट करना कि कई लोगों की जान बचती है किन्ने लोगों की हेल्प होंदी है ते मास्टर जी का सर्टिफिकेट मासी जी ने सांभ रखा कोड़मा का सर्टिफिकेट कैंप का असर हो गया जे कोई मैसा बारे जानकारी चाहिए तो वह साडा मैसा का डिपार्टमेंट एदे कोल है डिपार्टमेंट एदे कोल है वैसे ज्वाइंट फैमिली है सारे जने रल मिल के रेंदे वधिया कठे पीछे पीछे फिर भी फोटो तरानी फोटो तरानी हाथ नहीं आया मैं उतर आ गया जोवन ने पहला कहना मैं लास्ट च डोनेट करूंगा ब्लड जो एम एल ए दिख गया फिर पहले ही पै गया हंसी मजाक तो बहुत हो गया मतलब वैसे मजाक कर रहे थे गल कोई गलों सीरीयस ना लवे वैसे साड़ी जॉइंट फैमिली आ सारे जॉइंट फैमिली वधिया कट्ठे रहने सारे एक दूजे मजाक करते रहने सरपंचनी साहब ने मम्मी मम्मी मासी मतलब सब कुछ है हां 16 जने अपने गुड़िया नु ला के 16 जने एक साडा नंबर है 17 ओनु भी असि फैमिली मेंबर है दो नाम है हां पर कालू भी हो गया 45 मैसा ने बढ़िया मतलब जॉइंट फैमिली दा बढ़िया सारे रल मिल के रहंदे ने अपना हासी खेडी जाने सारे कई संग दे बनेरियां ते खड़े ने तुसी कैमरा मार सकदे हो हेलो चाती पर्दे पीछे हो गए बाली संग उधर सारे उसे तो डर सारे जिन्ने भी है सरपंच मतलब कमेना काम कमेना परिवार खिंड जांदा है फिर एक भी नहीं बनिया रहिंदा ना सारे लड़ी जांदे ने खैबाजी चलदी है वैसे सारे साबू है तुसी शक्ल देख के सारिया तो डर रिस्पेक्ट वाला डर हां जी इज्जत करदे ने अजकल मुंडे ते वैसे भी थानू सारे जेडे शरीफ जे वीरे ने इन्हां नूं देख के पता लग ही रहा होना भी खराब तां करदे नहीं हैगे घरदिआं नूं कहना मनदे ने साबू ने मैं तां साबू हां सारे पहला गई हुई हो किसी भी देश कनाडा आस्ट्रेलिया जेडे भाई नहीं बुलावे तो भी नहीं आए मतलब फोन करे उन्हां दा भी बहुत बहुत धन्यवाद खून दान सारिया नूं दस रहे सीगे हुण ताइयों वी बार बार हरेक गल च खून दान ज्यादा आई जांदा खून दान सारे करना भी चाहिए हूँ जिम्मे चलो खून की बहुत घाट चल रही है डॉक्टर साहब जो आए थे रजिंदर हॉस्पिटल चो टीम आई थी वो दस रहे थे कहते भी खून की हूँ बहुत घाट आ भी
ਜਿਆਦਾ ਤੋਂ ਜਿਆਦਾ ਕੈਂਪ ਲਵਾਉਣੇ ਚਾਹੀਦੇ ਨੇ ਖੂਨਦਾਨ ਵਾਲੇ ਕਿਉਂਕਿ ਕਈ ਜਿਵੇਂ ਬਲੱਡ ਕੈਂਸਰ ਦੇ ਮਰੀਜ਼ ਹੁੰਦੇ ਆ ਕਰੋਨਾ ਕਰਕੇ ਵੀ ਕੋਈ ਕਈ ਬਿਮਾਰੀਆਂ ਕਰਕੇ ਜਿਵੇਂ ਐਕਸੀਡੈਂਟ ਹੋ ਜਾਂਦੇ ਆ ਉਹਨਾਂ ਨੂੰ ਵੀ ਖੂਨ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਟਾਈਮ ਤੇ ਤਾਂ ਲੱਭਣੇ ਵੀ ਔਖਾ ਹੋ ਜਾਂਦਾ ਕਿਸੇ ਨੂੰ ਲੱਭਣਾ ਇਹਦੇ ਕਰਕੇ ਜੇ ਦਾਨ ਕਰਦੇ ਫੋਨ ਆਇਆ ਸੀ ਮੈਨੂੰ ਇੱਕੋ ਕਹਿੰਦਾ ਇਹ ਪੋਜ਼ਿਟਿਵ ਹੋਵੇ ਜੇ ਕਿਸੇ ਦਾ ਵੀ ਯਾਰ ਦੱਸਿਓ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਜ਼ਰੂਰਤ ਪੂਰੀ ਹੋ ਜਾਂਦੀ ਹੈ ਬਾਕੀ ਜੇ ਤੁਸੀਂ ਬਲੱਡ ਡੋਨੇਟ ਕਰਦੇ ਹੋ ਜਦੋਂ ਕੱਲ ਨੂੰ ਤੁਹਾਨੂੰ ਵੀ ਕਿਤੇ ਰੱਬ ਨਾ ਕਰੇ ਵੀ ਇਹੋ ਜਿਹੀ ਕਿਤੇ ਲੋੜ ਪਵੇ ਪਰ ਜੇ ਕਿਤੇ ਬਾਈ ਚਾਂਸ ਪੈਂਦੀ ਆ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਖੂਨ ਮਿਲਦਾ ਹਾਂ ਕੰਟੈਕਟ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਕੈਂਪ ਲਵਾਵਾਂਗੇ ਤਾਂ ਡਾਕਟਰ ਸਾਹਿਬ ਆਪਾਂ ਨੂੰ ਅੱਗੋਂ ਖੂਨ ਮਿਲੂਗਾ ਵੀ ਜੇ ਆਪਾਂ ਨੂੰ ਕਈ ਵਾਰ ਕਿਸੇ ਦਾ ਐਕਸੀਡੈਂਟ ਹੋ ਜਾਏ ਜਾਂ ਕੁਝ ਵੀ ਜੇ ਖੂਨ ਦੀ ਲੋੜ ਪੈਂਦੀ ਆ ਤਾਂ ਆਪਾਂ ਨੂੰ ਮਿਲ ਜਾਂਦਾ ਦੇ ਵੀ ਦਿੰਦੇ ਨੇ ਤੇ ਕੇਲੇ ਵੀ ਬਹੁਤ ਵਧ ਗਿਆ ਸੀ ਘੱਟੋ ਘੱਟ 2 ਕੁਇੰਟਲ ਕੇਲੇ ਲੈ ਕੇ ਆਇਆ ਸੀ ਉਹ ਰਿਫਰੈਸ਼ਮੈਂਟ ਚ ਦਿੰਦੇ ਨੇ ਨਾ ਉਹ ਸਾਡੇ ਕੇਲੇ ਵੀ ਬਹੁਤ ਬਚੇ ਪਏ ਨੇ ਤੇ ਸਾਰਾ ਵਿੱਚ ਲੱਗੇ ਗਿਆ ਕੇਲੇ ਬਚ ਗਏ ਨਹੀਂ ਨਹੀਂ ਤੇਰੇ ਜੇ ਸੁਣਦਾ ਹੋਇਆ ਤਾਂ ਕੇਲੇ ਲੈ ਕੇ ਹਾਂਜੀ ਕਿਸੇ ਨੇ ਭਾਈ ਕੇਲੇ ਖਾਣੇ ਹੋਣਗੇ ਤਾਂ ਕੰਟੈਕਟ ਕਰ ਲਿਓ ਕੇਲੇ ਲੈ ਜਾਓ ਆ ਕੇ ਉਹ ਤਾਂ ਨਹੀਂ ਕਢਾਇਆ ਹਾਂ ਜਿਨੇ ਨਹੀਂ ਖੂਨ ਕਢਾਇਆ ਉਹਨਾਂ ਨੂੰ ਵੀ ਕੇਲੇ ਦੇ ਲਾਂਗੇ ਵੈਸੇ ਤਾਂ ਰਿਫਰੈਸ਼ਮੈਂਟ ਉਹਨਾਂ ਨੂੰ ਦਿੱਤੀ ਹੈ ਜਿਹੜੇ ਖੂਨ ਕਢਾਈ ਜਾਂਦੇ ਜੀ ਉਹਨਾਂ ਨੂੰ ਨਾਲ ਨਾਲ ਕੇਲੇ ਦੁੱਧ ਦਾ ਪ੍ਰਬੰਧ ਕਰਿਆ ਜੀ ਡਾਕਟਰਾਂ ਨੇ ਦੱਸਿਆ ਜੀ ਉਹਨਾਂ ਨੂੰ ਰਿਫਰੈਸ਼ਮੈਂਟ ਦੇਣ ਵਾਸਤੇ ਬਹੁਤ ਲੰਬਾ ਹੋ ਗਿਆ ਜੀ ਤੇ ਜਿਹੜਾ ਵੀ ਕੋਈ ਬਲੱਡ ਡੋਨੇਟ ਕਰਦਾ ਉਹਨੂੰ ਆ ਸਰਟੀਫਿਕੇਟ ਮਿਲਦਾ ਇਹ ਮੇਰਾ ਨਹੀਂ ਹੈਗਾ ਵੈਸੇ ਮਾਸਟਰ ਜੀ ਦਾ ਹੈਗਾ ਬਾਕੀ ਇਹਨਾਂ ਨੇ ਸਾਰਿਆਂ ਨੂੰ ਮਿਲਿਆ ਹੈ ਇਹਨੇ ਸਾਰਿਆਂ ਨੂੰ ਦਿੱਤੇ ਨੇ ਸਰਟੀਫਿਕੇਟ ਦਿਖਾ ਕੇ ਖੂਨ ਲੈ ਸਕਦੇ ਹੋ ਜੇ ਕਿਹੜਾ ਹੋਊਗਾ ਪਤਾ ਪੈਰ ਚੁਕੜਾ ਇਹਨੇ ਪੈਰ ਚੁਕੜਵਾਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।